ਆਪ ਸਭ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਉਹ ਵੱਡੀ ਖਬਰ ਜਿਸ ਦਾ ਇੰਤਜ਼ਾਰ ਪੰਜਾਬੀ ਕਰ ਰਹੇ ਸੀ ਉਹ ਖਬਰ ਜਿਹੜੀ ਹੈ ਉਹ ਨਸ਼ਰ ਕਰ ਦਿੱਤੀ ਗਈ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹ ਵੱਡੀ ਖੁਸ਼ਖਬਰੀ ਜਿਹੜੀ ਹੈ ਪੰਜਾਬੀਆਂ ਨੂੰ ਦੇ ਦਿੱਤੀ ਹੈ ਸੋ ਆਓ ਇਸ ਬਾਰੇ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਰਜਤ ਅਕਸਰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਲਿਓ ਸੋ ਦੋਸਤੋ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣਾ ਪਟਾਰਾ ਖੋਲ ਦਿੱਤਾ ਹੈ ਤੇ ਪੰਜਾਬੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਜਿਹੜੀ ਅੱਜ ਦੇ ਦਿੱਤੀ ਹੈ ਸਭ ਤੋਂ ਵੱਡੀ ਖਬਰ ਜਿਸ ਨੂੰ ਸੁਣਨ ਦੇ ਲਈ ਪੰਜਾਬੀ ਜਿਹੜੇ ਨੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ ਕਿ 300 ਯੂਨਟਾਂ ਦੀ ਮਾਫੀ ਜਿਹੜੀ ਆ ਉਹਨਾਂ ਨੂੰ ਕਦੋਂ ਦਿੱਤੀ ਜਾਵੇਗੀ ਸੋ ਇਸ ਦਾ ਐਲਾਨ ਜਿਹੜਾ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਰ ਦਿੱਤਾ 1 ਜੁਲਾਈ 2022 ਤੋਂ ਪੰਜਾਬੀਆਂ ਨੂੰ 300 ਯੂਨਟ ਫਰੀ ਬਿਜਲੀ ਜਿਹੜੀ ਹੈ ਉਹ ਹਰ ਮਹੀਨੇ ਦਿੱਤੀ ਜਾਵੇਗੀ ਔਰ ਇਸ ਦੀ ਡਿਟੇਲ ਜਿਹੜੀ ਹੈ ਅੱਜ ਆਪ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਦਿੱਤੀ ਹੈ ਉਹਨਾਂ ਨੇ ਐਲਾਨ ਕੀਤਾ ਕਿ 1 ਜੁਲਾਈ 2022 ਤੋਂ ਪੂਰੇ ਪੰਜਾਬ ਦੇ ਜਿੰਨੇ ਵੀ ਘਰੇਲੂ ਖਪਤਕਾਰ ਨੇ ਉਹਨਾਂ ਨੂੰ ਪ੍ਰਤੀ ਮਹੀਨਾ 300 ਯੂਨਟ ਬਿਜਲੀ ਮੁਫਤ ਦਿੱਤੀ ਜਾਵੇਗੀ ਯਾਨੀ ਕਿ 2 ਮਹੀਨੇ ਦੇ 600 ਯੂਨਟ ਬਿਜਲੀ ਜਿਹੜੀ ਹੈ ਉਹ ਮਾਫ ਕੀਤੀ ਜਾਵੇਗੀ ਔਰ ਇਹ ਦੱਸਿਆ ਜਾ ਰਿਹਾ ਕਿ ਪੂਰੇ ਪੰਜਾਬ ਦੇ ਵਿੱਚ ਤਕਰੀਬਨ 73.80 ਲੱਖ ਘਰੇਲੂ ਖਪਤਕਾਰ ਨੇ ਜਿਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ ਔਰ ਹਰ ਪਰਿਵਾਰ ਨੂੰ ਪ੍ਰਤੀ ਮਹੀਨਾ 300 ਯੂਨਟ ਬਿਜਲੀ ਮਾਫ ਕੀਤੀ ਜਾਵੇਗੀ ਇਸ ਦੀ ਡਿਟੇਲ ਜਾਣਕਾਰੀ ਲੈ ਕੇ ਦੋਸਤੋ ਅਸੀਂ ਇਸ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਐਲਾਨ ਦੇ ਦੌਰਾਨ ਉਹਨਾਂ ਨੇ ਵੱਡੀ ਗੱਲ ਦੱਸੀ ਕੈ ਐਸ ਸੀ ਭਾਈਚਾਰਾ ਬੀ ਸੀ ਭਾਈਚਾਰਾ ਬੀ ਪੀ ਐਲ ਦੇ ਜਿਹੜੇ ਖਪਕਾਰ ਨੇ ਤੇ ਫ੍ਰੀडम फाइਟਰ ਨੇ ਜਿਨ੍ਹਾਂ ਨੂੰ ਪਹਿਲਾਂ ਪ੍ਰਤੀ ਮਹੀਨਾ 200 ਯੂਨਟ ਬਿਜਲੀ ਮਾਫ ਕੀਤੀ ਜਾਂਦੀ ਸੀ ਹੁਣ ਉਹਨਾਂ ਨੂੰ ਪ੍ਰਤੀ ਮਹੀਨਾ 300 ਯੂਨਟ ਬਿਜਲੀ ਦੀਆਂ ਯੂਨਟਾਂ ਮਾਫ਼ ਹੋਣਗੀਆਂ ਯਾਨੀ ਕਿ 2 ਮਹੀਨੇ ਦੇ ਵਿੱਚ ਉਹਨਾਂ ਨੂੰ 600 ਯੂਨਟਾਂ ਜਿਹੜੀ ਐ ਬਿਜਲੀ ਦੀ ਮਾਫੀ ਦਿੱਤੀ ਜਾਵੇਗੀ ਇਸ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਖਪਤਕਾਰਾਂ ਦੇ ਜਿਨ੍ਹਾਂ ਨੂੰ ਪਹਿਲਾਂ 200 ਯੂਨਟਾਂ ਦੀ ਬਿਜਲੀ ਦੀ ਮਾਫੀ ਦਿੱਤੀ ਜਾ ਰਹੀ ਸੀ ਤੇ ਹੁਣ 300 ਯੂਨਟਾਂ ਦੀ ਬਿਜਲੀ ਦੀ ਮਾਫੀ ਦਿੱਤੀ ਜਾਵੇਗੀ ਜੇਕਰ ਇਹ 2 ਮਹੀਨੇ ਦੇ ਵਿੱਚ 600 ਤੋਂ ਉੱਪਰ ਬਿਜਲੀ ਦੀ ਖਪਤ ਕਰਦੇ ਨੇ ਯਾਨੀ ਕਿ ਜੇਕਰ 640 ਜਾਂ 650 ਯੂਨਟਾਂ ਦੀ ਖਪਤ ਹੁੰਦੀ ਹੈ 2 ਮਹੀਨੇ ਦੇ ਅੰਦਰ ਅੰਦਰ ਤਾਂ ਇਹਨਾਂ ਨੂੰ 600 ਯੂਨਟ ਬਿਜਲੀ ਮਾਫ ਹੋਵੇਗੀ ਕੇਵਲ 600 ਤੋਂ ਉੱਪਰ ਜਿਹੜੇ ਯੂਨਟ ਹੋਣਗੇ 40 50 ਜਿੰਨੇ ਵੀ ਉਸ ਯੂਨਟਾਂ ਦਾ ਬਿੱਲ ਹੀ ਇਹਨਾਂ ਨੂੰ ਆਵੇਗਾ ਯਾਨੀ ਕਿ 600 ਯੂਨਟ ਪੂਰਨ ਤੌਰ ਤੇ 2 ਮਹੀਨੇ ਦੇ ਜਿਹੜੇ ਯੂਨਟ ਨੇ ਉਹ ਮਾਫ ਹੋਣਗੇ ਉਸ ਤੋਂ ਉੱਪਰ ਹੀ ਇਹਨਾਂ ਖਪਤਕਾਰਾਂ ਨੂੰ ਮੈਂ ਗੱਲ ਕਰ ਰਿਹਾ ਬੀਸੀ ਭਾਈਚਾਰੇ ਦੀ ਐਸਸੀ ਭਾਈਚਾਰੇ ਦੀ ਬੀਪੀਐਲ ਖਪਤਕਾਰਾਂ ਦੀ ਤੇ ਫ੍ਰੀडम फाइਟਰਸ ਦੀ ਔਰ ਆਮ ਲੋਕਾਂ ਦੀ ਜੇ ਮੈਂ ਗੱਲ ਕਰਾਂ ਤਾਂ ਆਮ ਲੋਕਾਂ ਦੇ ਲਈ ਇਹ ਸਕੀਮ ਜਿਹੜੀ ਹੈ ਉਹ ਵੱਖਰੀ ਹੋਵੇਗੀ ਕਹਿਣ ਦਾ ਭਾਵ ਬਾਕੀ ਜਿਹੜੇ ਘਰੇਲੂ ਖਪਤਕਾਰ ਹੋਣਗੇ ਜੇਕਰ ਉਹ 2 ਮਹੀਨੇ ਦੇ 600 ਯੂਨਟਾਂ ਤੋਂ ਉੱਪਰ ਬਿਜਲੀ ਜਿਹੜੀ ਹੈ ਉਹ ਖਪਤ ਕਰਦੇ ਨੇ ਤਾਂ ਉਹਨਾਂ ਨੂੰ ਪੂਰੀਆਂ ਜਿਹੜੀਆਂ ਯੂਨਟਾਂ ਨੇ 600 ਤੋਂ ਉੱਪਰ ਵੀ ਤੇ 600 ਤੱਕ ਯਾਨੀ ਕਿ ਜੇਕਰ ਕਿਸੇ ਘਰੇਲੂ ਖਪਤਕਾਰ ਨੇ 660 ਯੂਨਟਾਂ ਦੀ ਬਿਜਲੀ ਜਿਹੜੀ ਹੈ ਖਪਤ ਕੀਤੀ ਹੈ 2 ਮਹੀਨੇ ਦੇ ਅੰਦਰ ਅੰਦਰ ਤਾਂ 660 ਯੂਨਟਾਂ ਦਾ ਬਿੱਲ ਜਿਹੜਾ ਉਹਨਾਂ ਨੂੰ ਦੇਣਾ ਹੋਵੇਗਾ ਯਾਨੀ ਕਿ ਜੇਕਰ 2 ਮਹੀਨੇ 600 ਯੂਨਟਾਂ ਦੀ ਮਾਫੀ ਉਹਨਾਂ ਨੂੰ ਚਾਹੀਦੀ ਹੈ ਤਾਂ 600 ਯੂਨਟਾਂ ਤੋਂ ਘੱਟ ਖਪਤ ਜਿਹੜੀ ਹੈ ਉਹਨਾਂ ਨੂੰ ਕਰਨੀ ਹੋਵੇਗੀ ਔਰ ਇਹ ਵੱਡਾ ਐਲਾਨ ਜਿਹੜਾ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਦੱਸਿਆ ਕਿ ਰੱਜੇ ਪੂਜੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਹੈ ਇਹ ਬੇਨਤੀ ਹੈ ਕਿ ਜੇਕਰ ਉਹ ਮੁਫਤ ਬਿਜਲੀ ਚਾਹੁੰਦੇ ਨੇ ਤਾਂ 2 ਮਹੀਨੇ ਦੇ ਅੰਦਰ ਉਹ 600 ਯੂਨਟਾਂ ਤੋਂ ਘੱਟ ਜਿਹੜੀ ਹੈ ਬਿਜਲੀ ਖਪਤ ਕਰਨ ਕਿਉਂਕਿ ਜੇਕਰ ਉਹ 600 ਯੂਨਟਾਂ ਤੋਂ ਉੱਪਰ ਬਿਜਲੀ ਦੀ ਖਪਤ ਕਰਦੇ ਨੇ ਤਾਂ ਉਹਨਾਂ ਨੂੰ 600 ਯੂਨਟਾਂ ਸਮੇਤ ਉਸ ਤੋਂ ਉੱਪਰ ਲੀਆਂ ਯੂਨਟਾਂ ਦੇ ਜਿਹੜੇ ਖਰਚੇ ਨੇ ਉਹ ਵੀ ਦੇਣੇ ਹੋਣਗੇ ਯਾਨੀ ਕਿ ਉਹਨਾਂ ਨੂੰ ਪੂਰਨ ਤੌਰ ਤੇ ਬਿਜਲੀ ਜਿਹੜੀ ਹੈ ਉਹ ਮaaf ਨਹੀਂ ਹੋਵੇਗੀ ਪਰ ਇਸ ਦੇ ਉਲਟ ਐਸਸੀ ਭਾਈਚਾਰੇ ਨੂੰ ਬੀਸੀ ਭਾਈਚਾਰੇ ਨੂੰ ਬੀਪੀਐਲ ਭਾਈਚਾਰੇ ਨੂੰ ਫ੍ਰੀडम ਫਾਈਟਰਸ ਨੂੰ ਜੋ ਕਿ ਪਹਿਲਾਂ ਤੋਂ ਹੀ ਉਹਨਾਂ ਨੂੰ 200 ਯੂਨਟ ਬਿਜਲੀ ਜਿਹੜੀ ਹੈ ਪ੍ਰਤੀ ਮਹੀਨਾ ਮaaf ਸੀ ਉਸ ਨੂੰ ਵਧਾ ਕੇ 300 ਯੂਨਟ ਕਰ ਦਿੱਤਾ ਗਿਆ ਯਾਨੀ ਕਿ 2 ਮਹੀਨੇ ਦੇ 600 ਯੂਨਟ ਔਰ ਉਹਨਾਂ ਪਰਿਵਾਰਾਂ ਨੂੰ ਜੇਕਰ ਉਹ 600 ਯੂਨਟਾਂ ਤੋਂ ਉੱਪਰ ਬਿਜਲੀ ਜਿਹੜੀ ਖਪਤ ਕਰਦੇ ਨੇ ਤਾਂ ਉਹਨਾਂ ਉੱਪਰ ਲੀਆਂ ਯੂਨਟਾਂ ਦਾ ਬਿੱਲ ਹੀ ਉਹਨਾਂ ਨੂੰ ਦੇਣਾ ਹੋਵੇਗਾ ਉਹਨਾਂ ਨੂੰ 600 ਯੂਨਟਾਂ ਜਿਹੜੀਆਂ ਨੇ ਉਹ ਪੂਰਨ ਤੌਰ ਤੇ 2 ਮਹੀਨੇ ਦੀਆਂ ਮਾਫ਼ ਹੋਣਗੀਆਂ ਇਸ ਤੋਂ ਬਾਅਦ ਦੋਸਤੋ ਬਿਜਲੀ ਖਪਤਕਾਰਾਂ ਦੇ ਲਈ ਇੱਕ ਹੋਰ ਵੀ ਵੱਡਾ ਐਲਾਨ ਜਿਹੜਾ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਕੀਤਾ ਹੈ ਕਿ ਜੇਕਰ 2 ਕਿਲੋਵਾਟ ਤੱਕ ਦੇ ਜਿਹੜੇ ਘਰੇਲੂ ਖਪਤਕਾਰ ਪਰਿਵਾਰ ਨੇ ਉਹਨਾਂ ਦਾ ਕੋਈ ਵੀ ਬਕਾਇਆ ਖੜਾ ਹੈ 31 12 2021 ਤੱਕ 2 ਕਿਲੋਵਾਟ ਤੱਕ ਦੇ ਸਮੂਹ ਖਪਤਕਾਰਾਂ ਦੇ ਪੁਰਾਣੇ ਜਿਹੜੇ ਬਕਾਏ ਨੇ ਉਹ ਪੰਜਾਬ ਸਰਕਾਰ ਮaaf ਕਰ ਦੇਗੀ ਯਾਨੀ ਕਿ ਕੋਈ ਵੀ ਬਿੱਲ ਜਿਹੜਾ ਹੈ ਇਹਨਾਂ ਖਪਤਕਾਰਾਂ ਨੂੰ ਨਹੀਂ ਦੇਣਾ ਹੋਵੇਗਾ ਪਰ ਜੇਕਰ ਮੈਂ ਗੱਲ ਕਰਾਂ 2 ਕਿਲੋਵਾਟ ਤੋਂ ਉੱਪਰ ਦੇ ਖਪਤਕਾਰਾਂ ਦੇ ਲਈ ਇਸ ਤਰ੍ਹਾਂ ਦੀ ਉਹਨਾਂ ਦੇ ਲਈ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਯਾਨੀ ਕਿ ਗਰੀਬ ਪਰਵਾਰਾਂ ਦੇ ਜੇਕਰ ਬਕਾਇਆ ਬਿੱਲ ਖੜੇ ਨੇ ਤਾਂ ਉਸ ਨੂੰ ਪੰਜਾਬ ਸਰਕਾਰ ਨੇ ਮਾਫ ਕਰ ਦਿੱਤਾ ਹੈ ਮੈਂ ਗੱਲ ਕਰ ਰਿਹਾ 2 ਕਿਲੋਵਾਟ ਦੇ ਖਪਤਕਾਰਾਂ ਦੀ 31 12 2021 ਤੱਕ ਦੇ ਪੁਰਾਣੇ ਜਿੰਨੇ ਵੀ ਬਿਜਲੀ ਦੇ ਬਕਾਏ ਨੇ ਉਹ ਘਰੇਲੂ ਖਪਤਕਾਰਾਂ ਦੇ ਮਾਫ ਕਰਨ ਦਾ ਐਲਾਨ ਜਿਹੜਾ ਅੱਜ ਕੀਤਾ ਗਿਆ ਔਰ ਇਸ ਦੇ ਨਾਲ ਹੀ ਇਹ ਵੱਡੀ ਗੱਲ ਜਿਹੜੀ ਹੈ ਪੂਰੇ ਪੰਜਾਬ ਦੇ ਲਈ 1 ਜੁਲਾਈ 2022 ਤੋਂ ਹਰ ਗਰੇਲੂ ਖਪਤਕਾਰ ਨੂੰ ਪ੍ਰਤੀ ਮਹੀਨਾ 300 ਯੂਨਟ ਬਿਜਲੀ ਜਿਹੜੀ ਆ ਮਾਫ ਕੀਤੀ ਗਈ ਹੈ ਇਸ ਦਾ ਕ੍ਰਾਈਟੇਰੀਆ ਕੀ ਹੈ ਉਹ ਤੁਹਾਨੂੰ ਮੈਂ ਦੱਸ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਦੋਸਤੋ ਇਸੇ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿ ਕਲੀਅਰ ਕਰ ਦਿੱਤਾ ਹੈ ਕਿ ਖੇਤੀਬਾੜੀ ਦੀ ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਮੁਫਤ ਬਿਜਲੀ ਜਿਹੜੀ ਆ ਉਹ ਚੱਲਦੀ ਰਹੇਗੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਬਿੱਲ ਦੇਣ ਦੀ ਲੋੜ ਨਹੀਂ ਹੋਵੇਗੀ ਕਮਰਸ਼ੀਅਲ ਤੇ ਇੰਡਸਟਰੀ ਦੇ ਜਿਹੜੇ ਖਪਤਕਾਰ ਨੇ ਉਹਨਾਂ ਦੇ ਲਈ ਵੀ ਭਗਵਾਨ ਸਿੰਘ ਮਾਲ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵਾਅਦਾ ਜਿਹੜਾ ਹੈ ਯੂਨਟਾਂ ਦੇ ਵਿੱਚ ਨਹੀਂ ਕੀਤਾ ਗਿਆ ਯਾਨੀ ਕਿ ਜੋ ਪੁਰਾਣੇ ਰੇਟ ਕਮਰਸ਼ੀਅਲ ਤੇ ਇੰਡਸਟਰੀ ਦੇ ਚੱਲਦੇ ਆ ਰਹੇ ਨੇ ਉਹੀ ਚੱਲਦੇ ਰਹਿਣਗੇ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਡਾ ਬਿਜਲੀ ਨੂੰ ਲੈ ਕੇ ਵੱਡਾ ਟੀਚਾ ਇਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਸ਼ਹਿਰਾਂ ਤੇ ਪਿੰਡਾਂ ਨੂੰ 24 ਘੰਟੇ ਬਿਜਲੀ ਜਿਹੜੀ ਆ ਉਹ ਮਹੱਈਆ ਕਰਵਾਈ ਜਾਵੇਗੀ ਇਹ ਉਹਨਾਂ ਦਾ ਟੀਚਾ ਔਰ ਪੂਰੇ ਦੇਸ਼ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਜਿਹੜੀ ਆ ਉਹ ਪੰਜਾਬੀਆਂ ਨੂੰ ਦਿੱਤੀ ਜਾਵੇਗੀ ਇਹ ਵੀ ਉਹਨਾਂ ਦਾ ਟੀਚਾ ਹੈ ਕਿ ਪੰਜਾਬ ਦੇ ਘਰੇਲੂ ਖਪਤਕਾਰ ਜਿਹੜੇ ਇੰਡਸਟਰੀਅਲ ਖਪਤਕਾਰ ਨੇ ਉਹਨਾਂ ਨੂੰ ਜੋ ਬਿਜਲੀ ਦੇ ਰੇਟ ਨੇ ਉਹ ਪੂਰੇ ਦੇਸ਼ ਦੇ ਵਿੱਚ ਸਭ ਤੋਂ ਸਸਤੇ ਹੋਣਗੇ ਇਹ ਟੀਚਾ ਜਿਹੜਾ ਉਹ ਲੈ ਕੇ ਚੱਲਣਗੇ ਇਸ ਦੇ ਨਾਲ ਹੀ ਦੋਸਤੋ ਕਈ ਵੱਡੇ ਸਵਾਲ ਵੀ ਜਿਹੜੇ ਨੇ ਉਹ ਪੈਦਾ ਹੋ ਗਏ ਨੇ ਕਿਉਂਕਿ ਜੋ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਦਿੱਤੀ ਜਾ ਰਹੀ ਸੀ ਕਿ ਇਸ ਐਲਾਨ ਦੇ ਨਾਲ ਉਹ ਬੰਦ ਹੋ ਜਾਵੇਗੀ ਜਾਂ ਫਿਰ ਉਹ ਚਲਦੀ ਰਹੇਗੀ ਬੰਦ ਹੋਵੇਗੀ ਤਾਂ ਕਦੋਂ ਤੋਂ ਹੋਵੇਗੀ ਜਾਂ ਫਿਰ ਤੁਰੰਤ ਉਸ ਨੂੰ ਬੰਦ ਕਰ ਦਿੱਤਾ ਗਿਆ ਫਿਲਹਾਲ ਇਸ ਨੂੰ ਕਲੀਅਰ ਨਹੀਂ ਕਰ ਦਿੱਤਾ ਗਿਆ ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਲਿਖਤੀ ਰੂਪ ਤੇ ਵਿੱਚ ਪੀਐਸਪੀਸੀਐਲ ਯਾਨੀ ਕਿ ਬਿਜਲੀ ਬੋਰਡ ਵੱਲੋਂ ਇੱਕ ਡਿਟੇਲ ਪੱਤਰ ਵੀ ਜਿਹੜਾ ਹੈ ਤੁਰੰਤ ਜਾਰੀ ਕਰ ਦਿੱਤਾ ਜਾਵੇਗਾ ਜਿਸ ਪੱਤਰ ਦੇ ਵਿੱਚ ਇਸ ਦੀ ਪੂਰੀ ਡਿਟੇਲ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਵੇਗੀ ਸੋ ਅੱਜ ਦਾ ਦੋਸਤੋ 16 April ਦਾ ਇੱਕ ਵੱਡਾ ਐਲਾਨ ਜੋ ਵਾਅਦਾ ਜਿਹੜਾ ਹੈ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਇੱਕ ਮਹੀਨਾ ਜਿਹੜਾ ਨਵੀਂ ਸਰਕਾਰ ਨੂੰ ਅੱਜ ਪੂਰਾ ਹੋ ਗਿਆ ਔਰ ਅੱਜ ਇੱਕ ਮਹੀਨੇ ਤੋਂ ਬਾਅਦ ਪੰਜਾਬੀਆਂ ਨੂੰ ਇੱਕ ਵੱਡਾ ਵਾਅਦਾ ਕੀਤਾ ਗਿਆ ਸੀ ਉਸ ਉੱਪਰ ਜਿਹੜਾ ਅੱਜ ਐਲਾਨ ਕਰ ਦਿੱਤਾ ਹੈ ਕਿ 300 ਯੂਨਟ ਬਿਜਲੀ ਜਿਹੜੀ ਆ ਮਾਫ ਕੀਤੀ ਜਾਵੇਗੀ 1 ਜੁਲਾਈ ਤੋਂ ਆਮ ਖਪਤਕਾਰਾਂ ਦੇ ਲਈ ਸਕੀਮ ਇਹ ਹੋਵੇਗੀ ਕਿ 2 ਮਹੀਨਿਆਂ ਦੇ ਅਗਰ 600 ਤੋਂ ਉੱਪਰ ਯੂਨਟ ਦੀ ਵਰਤੋਂ ਕੀਤੀ ਜਾਵੇਗੀ ਤਾਂ ਪੂਰੇ 600 ਯੂਨਟਾਂ ਦਾ ਬਿੱਲ ਜਿਹੜਾ ਹੈ ਉਹ ਦੇਣਾ ਹੋਵੇਗਾ ਪਰ ਐਸਸੀ ਭਾਈਚਾਰੇ ਨੂੰ ਬੀਸੀ ਭਾਈਚਾਰੇ ਨੂੰ ਬੀਪੀਐਲ ਭਾਈਚਾਰੇ ਨੂੰ ਫ੍ਰੀडम फाइਟਰਸ ਨੂੰ 300 ਯੂਨਟ ਪ੍ਰਤੀ ਮਹੀਨਾ 2 ਮਹੀਨੇ ਦੇ 600 ਯੂਨਟ ਜਿਹੜੇ ਨੇ ਉਹ ਪੂਰਨ ਤੌਰ ਤੇ ਮਾਫ ਹੋਣਗੇ ਜੇਕਰ ਉਹ 600 ਯੂਨਟਾਂ ਤੋਂ ਉੱਪਰ ਵੀ ਵਰਤੋਂ ਕਰਦੇ ਨੇ ਤਾਂ ਉਹਨਾਂ ਨੂੰ 600 ਯੂਨਟ ਮਾਫ ਕਰਕੇ 600 ਯੂਨਟਾਂ ਤੋਂ ਉੱਪਰਲੇ ਜਿਹੜੇ ਯੂਨਟ ਹੋਣਗੇ ਉਸ ਯੂਨਟਾਂ ਦਾ ਹੀ ਬਿੱਲ ਜਿਹੜਾ ਉਹਨਾਂ ਨੂੰ ਦੇਣਾ ਹੋਵੇਗਾ ਔਰ 2 ਕਿਲੋਵਾਟ ਤੱਕ ਦੇ ਜਿਹੜੇ ਖਪਤਕਾਰ ਨੇ ਜੇਕਰ ਉਹਨਾਂ ਦੇ ਕੋਈ ਪੁਰਾਣੇ ਬਕਾਏ ਖੜੇ ਨੇ 31 12 2021 ਨੂੰ ਪੰਜਾਬ ਸਰਕਾਰ ਉਹਨਾਂ ਨੂੰ ਪੂਰਨ ਤੌਰ ਤੇ ਜਿਹੜੀ ਹੈ ਉਹ ਮਾਫ ਕਰ ਰਹੀ ਹੈ ਇਸ ਤੋਂ ਇਲਾਵਾ ਖੇਤੀਬਾੜੀ ਨੂੰ ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਹ ਉਸੇ ਤਰ੍ਹਾਂ ਹੀ ਚਲਦੀ ਰਹੇਗੀ ਔਰ ਇੰਡਸਟਰੀ ਤੇ ਕਮਰਸ਼ੀਅਲ ਦੇ ਜਿਹੜੇ ਪੁਰਾਣੇ ਰੇਟ ਨੇ ਉਹ ਬਰਕਰਾਰ ਰਹਿਣਗੇ ਉਹਨਾਂ ਦੇ ਵਿੱਚ ਕੋਈ ਵੀ ਵਾਅਦਾ ਜਿਹੜਾ ਹੈ ਨਹੀਂ ਕੀਤਾ ਜਾਵੇਗਾ ਪੂਰੇ ਪੰਜਾਬ ਨੂੰ ਇਹ ਟੀਚਾ ਜਿਹੜਾ ਹੈ ਉਹ ਮਿੱਥਿਆ ਗਿਆ ਹੈ ਕਿ 24 ਘੰਟੇ ਬਿਜਲੀ ਦੀ ਸਪਲਾਈ ਜਿਹੜੀ ਹੈ ਉਹ ਚਲਦੀ ਰਹੇਗੀ ਖਾਸ ਕਰਦੇ ਆਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਨੂੰ ਸਪੋਰਟ ਕਰਨ ਦੇ ਲਈ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਬਸ ਇਸੇ ਤਰ੍ਹਾਂ ਹੀ ਜੁੜੇ ਰਹੋ ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ